Alberta Weekly sponsored by Lexus South Point and Wild Rose Garments and Silk Screening, Edmonton. Channel Punjabi to Alberta Weekly program dekh rahe smooth darshakan Kulmi Singh walon niggi ji aaya Vaheguru ji ka khalsa Vaheguru ji ki fateh. ਇਸ ਹਫ਼ਤੇ ਦੇ ਅਲਬਰਟਾ ਵੀਕਲੀ ਵਿੱਚ ਅਸੀਂ ਗੱਲਬਾਤ ਕਰਾਂਗੇ ਜੀ ਇੱਕ ਖਾਸ ਮਿੱਤਰ ਦੇ ਨਾਲ ਗੁਰਬੀਰ ਸਿੰਘ ਸੰਧੂ ਜੋ ਪੇਸ਼ੇ ਵਜੋਂ ਸਿਵਲ ਇੰਜੀਨੀਅਰ ਨੇ ਮੇਰੇ ਜਮਾਤੀ ਵੀ ਰਹੇ ਨੇ ਔਰ ਐਕਸ ਓਲੰਪੀਅਨ ਵੀ ਨੇ ਅਰਜਨ ਅਵਾਰਡੀ ਵੀ ਨੇ ਔਰ ਇਹਨਾਂ ਨੇ ਵੀ ਆਪਣਾ ਅਰਜਨ ਅਵਾਰਡ ਜਿਹੜਾ ਸੀਗਾ ਕਿਸਾਨੀ ਸੰਘਰਸ਼ ਵਾਲੇ ਦਿਨਾਂ ਵਿੱਚ ਉਹ ਵੀ ਮੋੜ ਦਿੱਤਾ ਔਰ ਖਿਡਾਰੀ ਕਾਲਜ ਦੇ ਦਿਨਾਂ ਵਿੱਚ ਇਹਨਾਂ ਨੇ ਹੈਮਰ ਥਰੋ ਦਾ ਰਿਕਾਰਡ ਰੱਖਿਆ ਸੀ ਜੀ ਇੰਜੀਨੀਅਰਿੰਗ ਕਾਲਜ 'ਚ 48 ਸਾਲਾਂ ਬਾਅਦ ਜਾ ਕੇ ਰਿਕਾਰਡ ਟੁੱਟਾ ਸੀ ਗੱਲਬਾਤ ਸਰ ਗੁਰਬੀਰ ਸਿੰਘ ਸੰਧੂ ਹੋਰਾਂ ਨਾਲ ਕਰਾਂਗੇ ਇਸ ਪੱਖ ਤੋਂ ਕਿਉਂਕਿ ਜਿਹੜਾ ਕਿਸਾਨੀ ਸੰਘਰਸ਼ ਚੱਲ ਰਿਹਾ ਆ ਪਿਛਲੇ ਆਪਾਂ ਪਤਾ ਲੱਗਾ ਵੀ ਪੰਜਾਬ 'ਚ ਤਾਂ 5-6 ਮਹੀਨੇ ਹੋ ਗਏ ਨੇ ਉਦੋਂ ਬਾਅਦ ਦਿੱਲੀ ਦੇ ਬਾਰਡਰਾਂ ਦੇ ਉੱਤੇ ਜਾ ਕੇ ਜਿਹੜੀ ਗੱਲਬਾਤ ਹੋਈ ਆ ਔਰ ਇਹ ਚੰਡੀਗੜ੍ਹ ਤੋਂ ਵੀ ਬਹੁਤ ਸਾਰੇ ਜਿਹੜੇ ਹੈ ਨੇ ਜੀ ਅਧਿਕਾਰੀ ਪੁਰਾਣੇ ਉਹ ਇਕੱਠੇ ਹੋਏ ਉਹਨਾਂ ਨੇ ਵੀ ਉਹ ਸੰਘਰਸ਼ ਦੀ ਹਮਾਇਤ ਕਰਨ ਦੀ ਗੱਲ ਕੀਤੀ ਉੱਥੇ ਜਾ ਕੇ ਲੀਡਰਸ਼ਿਪ ਨੂੰ ਵੀ ਮਿਲੇ ਨੇ ਔਰ ਇਹਨਾਂ ਤੋਂ ਆਪਾਂ ਹੁਣ ਪੁੱਛਾਂਗੇ ਵੀ ਭਾਈ ਇਹ ਜਿਹੜਾ ਕਿਸਾਨੀ ਸੰਘਰਸ਼ ਆ ਇਹ ਕਿਸ ਪਾਸੇ ਵੱਲ ਨੂੰ ਜਾ ਰਿਹਾ ਜਿਹੜੀ ਕਿਸਾਨੀ ਸੰਘਰਸ਼ ਦੀ ਪ੍ਰਾਪਤੀ ਦੀ ਕੀ ਆਸ ਦੀ ਕਿਰਨ ਨਜ਼ਰ ਆਉਂਦੀ ਆ ਕਿ ਜਿਸ ਤਰ੍ਹਾਂ ਦਾ ਸਰਕਾਰ ਨੇ ਰੁੱਖ ਕੀਤਾ ਹੋਇਆ ਆ ਉਹਦੇ ਤੋਂ ਕੋਈ ਆਸ ਬੱਝਦੀ ਆ ਕਿ ਨਹੀਂ ਜਾਂ ਜਿਹੜੀਆਂ ਵੱਖਰੀਆਂ ਵੱਖਰੀਆਂ ਆਵਾਜ਼ਾਂ ਹੋਰ ਆ ਰਹੀਆਂ ਨੇ ਹੁਣ ਉਹਨਾਂ ਤੋਂ ਕੋਈ ਗੱਲ ਸਾਨੂੰ ਲੱਗਦਾ ਕਿ ਕੋਈ ਚੇਂਜ ਹੋਏਗੀ ਸਰਕਾਰ ਦੇ ਰਵੱਈਏ ਵਿੱਚ ਸੋ ਸਭ ਤੋਂ ਪਹਿਲਾਂ ਗੁਰਬੀਰ ਸਿੰਘ ਸੰਧੂ ਹੋਰਾਂ ਨੂੰ ਜੀ ਆਇਆਂ ਆਖਦਾ ਸਤਿ ਸ਼੍ਰੀ ਅਕਾਲ ਸੰਧੂ ਸਾਹਿਬ ਗੁਰਮੀਤ ਸਤਿ ਸ਼੍ਰੀ ਅਕਾਲ ਥੈਂਕ ਯੂ ਬੜਾ ਅੱਛਾ ਲੱਗਿਆ ਅੱਜ ਫਿਰ ਤੇਰੇ ਪ੍ਰੋਗਰਾਮ 'ਤੇ ਆ ਕੇ ਧੰਨਵਾਦ ਬਹੁਤ ਬਹੁਤ ਤੁਹਾਨੂੰ ਜੀ ਆਇਆਂ ਨੂੰ ਜਨਾਬ ਪ੍ਰੋਗਰਾਮ 'ਤੇ ਬੜਾ ਮਾਣ ਹੁੰਦਾ ਹੈ ਜਦੋਂ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਗੱਲਬਾਤ ਕਰੀਦੀ ਔਰ ਖਾਸ ਕਰਕੇ ਤੁਸੀਂ ਜਿਸ ਤਰ੍ਹਾਂ ਉੱਥੇ ਬਿਜ਼ੀ ਹੋਏ ਆ ਇਹ ਜਿਹੜਾ ਮੁਹਿੰਮ ਚੱਲ ਰਹੀ ਆ ਉਹਦੇ ਵਿੱਚ ਤੁਸੀਂ ਜਿੰਨੀ ਵਾਰੀ ਵੀ ਚੱਕਰ ਲਾਇਆ ਕੁਝ ਨਾ ਕੁਝ ਉੱਥੇ ਪਹਿਲਾਂ ਡੋਨੇਟ ਕਰਨ ਵੀ ਗਏ ਆ ਖੈਰ ਜਿੰਨਾ ਵੀ ਹੋ ਸਕਦਾ ਪਰ ਜਿਹੜਾ ਹੁਣ ਜਿਸ ਮੁਕਾਮ 'ਤੇ ਪਹੁੰਚਿਆ ਹੋਇਆ ਜੀ ਕਿਸਾਨੀ ਸੰਘਰਸ਼ ਸੰਧੂ ਸਾਹਿਬ ਇਹ ਦੱਸੋ ਵੀ ਕਿਵੇਂ ਲੱਗਦਾ ਤੁਹਾਨੂੰ ਗੁਰਮੀਤ ਸੰਘਰਸ਼ ਜਿਹੜਾ ਹੈ ਇਹਨੇ ਆਲਰੇਡੀ ਬਹੁਤ ਪ੍ਰਾਪਤੀਆਂ ਕਰ ਚੁੱਕੀ ਹੈ ਜਿਵੇਂ ਆਪਾਂ ਸਭ ਚੰਗੀ ਤਰ੍ਹਾਂ ਭਲੀ ਭਾਂਤੀ ਵਾਕਫ ਹਾਂ ਇਹਨੇ ਇੱਕ ਨਾਮ ਕਰ ਦਿੱਤਾ ਦੁਨੀਆ ਪੱਧਰ 'ਤੇ ਕਿਸਾਨੀ ਨੂੰ ਜੋੜ ਦਿੱਤਾ ਹਿੰਦੂ ਮੁਸਲਮਾਨ ਸਿੱਖ ਈਸਾਈ ਦਾ ਫਰਕ ਮਿਟਾ ਦਿੱਤਾ ਹਰਿਆਣਾ ਪੰਜਾਬ ਯੂਪੀ ਰਾਜਸਥਾਨ ਵਗੈਰਾ ਸੂਬੇ ਜਿਹੜੇ ਵੰਡੇ ਪਏ ਸੀ ਪਾਣੀਆਂ ਕਰਕੇ ਹੋਰਾਂ ਕਰਕੇ ਉਹ ਜਿਹੜੀ ਇੱਕ ਤਰ੍ਹਾਂ ਦੀ ਤੁਹਾਡੀ ਇੱਕ ਤੁਰਤ ਦੇ ਨਾਲ ਡਿਫਰੈਂਸਿਸ ਸੀ ਉਹ ਸਾਰੇ ਖਤਮ ਕਰ ਦਿੱਤੇ ਇਹਨੇ ਬਹੁਤ ਪ੍ਰਾਪਤੀਆਂ ਆਲਰੇਡੀ ਕਰ ਲਈਆਂ ਇਹਦੇ 'ਚ ਮੈਨੂੰ ਕੋਈ ਸ਼ੱਕ ਨਹੀਂ ਵੀ ਜੋ ਵੀ ਹੱਲ ਹੋਏਗਾ ਜੋ ਸਿੱਟਾ ਨਿਕਲ ਕੇ ਆਏਗਾ ਉਹ ਕਿਸਾਨੀ ਨੂੰ ਤਾਕਤ ਬਖਸ਼ੇਗਾ ਆਪਾਂ ਸਹੀ ਰਾਹ 'ਤੇ ਹੈ ਮੈਂ ਸਮਝਾਂਗਾ ਵੀ ਇੰਨੀਆਂ ਮੁਸ਼ਕਲਾਂ ਦੇ ਬਾਵਜੂਦ ਇੰਨੇ ਵੱਡੇ ਲੈਵਲ 'ਤੇ ਦੁਨੀਆ ਦੇ ਸਭ ਤੋਂ ਵੱਡੇ ਪੀਸਫੁੱਲ ਪ੍ਰੋਟੈਸਟ ਨੂੰ ਔਰਗਨਾਈਜ਼ ਕਰਨਾ ਇਹ ਜਿਹੜੀ ਲੀਡਰਸ਼ਿਪ ਹੈ ਇਹਨਾਂ ਦੀ ਤਾਂ ਮੈਂ ਬੱਲੇ ਬੱਲੇ ਕਰਦਾ ਹੀ ਹੈ ਪਰ ਇਹਦੇ 'ਚ ਕੋਈ ਡਾਊਟ ਨਹੀਂ ਕੋਈ ਵੱਡੀ ਆਤਮਿਕ ਇੱਕ ਸ਼ਕਤੀ ਪਰਮਾਤਮਿਕ ਸ਼ਕਤੀ ਜਿਹੜੀ ਇਹਨਾਂ ਨੂੰ ਗਾਈਡ ਕਰਦੀ ਆ ਰਹੀ ਹੈ ਵਰਨਾ ਇੱਕ ਸਟੇਟ ਜਿਹੜੀ ਬਿਲਕੁਲ ਤੁਲ ਚੁੱਕੀ ਹੈ ਵੀ ਇਹਨਾਂ ਨੂੰ ਅਸੀਂ ਬਰਬਾਦ ਕਰਕੇ ਹਟਣਾ ਹੈ ਵੀ ਹੈਵ ਟੂ ਮੇਕ ਐਨ ਐਗਜ਼ਾਮਪਲ ਹੋਰੇਬਲ ਐਗਜ਼ਾਮਪਲ ਆਫ ਦਿਸ ਪ੍ਰੋਟੈਸਟ ਉਸ ਉਹਨਾਂ ਦੀ ਸ਼ੜਯੰਤਰਾਂ ਨੂੰ ਪਰਮਾਤਮਾ ਆਪੇ ਸੁਧਾਰੀ ਜਾਂਦਾ ਹੈ ਉਹਨਾਂ ਨੂੰ ਸਿੱਧਾ ਪੈਣ ਨਹੀਂ ਦੇ ਰਿਹਾ ਇਹਦੇ 'ਚ ਕੋਈ ਡਾਊਟ ਨਹੀਂ ਵੀ ਇਹ ਪਬਲਿਕ ਦੀ ਜਿਹੜੀ ਹਮਾਇਤ ਹੈ ਮੈਂ ਤਾਂ ਆਪਦੀ ਹੁਣ ਮੈਂ 70 ਸਾਲ ਦਾ ਹੋ ਗਿਆ ਆਪਣੀ ਉਮਰ ਵਿੱਚ ਕੋਈ ਵੀ ਐਡਾ ਵੱਡਾ ਪਬਲਿਕ ਤੋਂ ਗ੍ਰਾਸਰੂਟ ਤੋਂ ਹਮਾਇਤ ਖੜੀ ਹੁੰਦੀ ਨਜ਼ਰ ਨਹੀਂ ਆਈ ਕਦੇ ਵੀ ਕਿਸੇ ਵੀ ਮੋਰਚੇ 'ਚ ਲੈ ਲਓ ਕਿਸੇ ਜਦੋਂ ਕਮ ਸੇ ਕਮ ਮੇਰੇ ਜਨਮ 50 ਤੋਂ ਬਾਅਦ ਤਾਂ ਮੈਂ ਵੇਖਿਆ ਨਹੀਂ ਪਰ ਇੰਨਾ ਵੱਡਾ ਉਪਰਾਲਾ ਕਰਕੇ ਲੀਡਰਾਂ ਨੇ ਅਤੇ ਕਿਸਾਨਾਂ ਨੇ ਅਤੇ ਬੇਬਿਆਂ ਨੇ ਭੈਣਾਂ ਨੇ ਬੱਚੀਆਂ ਨੇ ਜੋ ਬਣਾਤਾ ਇਹਦਾ ਸਿੱਟਾ ਮੈਨੂੰ ਤਾਂ ਕੋਈ ਸ਼ੱਕ ਨਹੀਂ ਵੀ ਇਹ ਕਾਮਯਾਬ ਹੀ ਹੋਵੇਗੀ ਕਿਸਾਨੀ ਤੁਸੀਂ ਬਹੁਤ ਸਾਰੀਆਂ ਗੱਲਾਂ ਕਹੀਆਂ ਲੀਡਰਸ਼ਿਪ ਜਿਹੜੀ ਹੈ ਜੀ ਉਹਨਾਂ ਨੇ ਦੇਖੋ ਬੜਾ ਸਮਾਂ ਮੇਰਾ ਖਿਆਲ ਇਹਨਾਂ ਦੇ ਵਿੱਚ ਬਿਤਾਇਆ ਯੂਨੀਅਨ ਦੇ ਵਿੱਚ ਔਰ ਕਿਸਾਨਾਂ ਦੀਆਂ ਜਿਹੜੀਆਂ ਮੁਸ਼ਕਲਾਂ ਉਹਨਾਂ ਨੂੰ ਭਲੀ ਭਾਂਤ ਜਾਣਦੇ ਆ ਪਰ
ਉਹਨਾਂ ਨੂੰ ਜਿਹੜਾ ਦੇਖੋ ਇੱਕ ਪਾਸੇ ਤਾਂ ਸਰਕਾਰ ਨੂੰ ਜਿਹੜਾ ਉਹਦਾ ਸਾਹਮਣਾ ਕਰਨਾ ਪੈ ਰਿਹਾ, ਉਹਨਾਂ ਦੇ ਜਿਹੜੇ ਵੱਖਰੇ ਵੱਖਰੇ ਕਹਿ ਲਓ ਟਕਵਾਂ ਜਿਹਾ ਉਹਨਾਂ ਨੂੰ ਉਹ ਦੇਖਦੇ ਆ, ਦੂਸਰੇ ਪਾਸੇ ਕਈ ਵਾਰੀ ਤੁਹਾਨੂੰ ਏਦਾਂ ਲੱਗਦਾ ਵੀ ਵੱਖਰੀਆਂ ਵੱਖਰੀਆਂ ਸੁਰਾਂ ਜਾਂ ਜਿਹੜੀਆਂ ਕੁਝ ਖਬਰਾਂ ਨੇ ਸੱਜੇ ਖੱਬੇ ਆਉਣੀਆਂ ਸ਼ੁਰੂ ਹੋ ਜਾਂਦੀਆਂ, ਉਹਦੇ ਨਾਲ ਕਈ ਵਾਰੀ ਤੁਸੀਂ ਨਾ ਜਿਵੇਂ ਕਹਿੰਦੇ ਹੁੰਦੇ ਆ ਵੀ ਤੁਹਾਨੂੰ ਨਿਰਾਸ਼ਾ ਜੀ ਹੁੰਦੀ ਆ। ਨਹੀਂ ਦੇਖੋ, ਇਹ ਉਤਰਾਅ ਚੜਾਅ ਤਾਂ ਜ਼ਿੰਦਗੀ ਦਾ ਖੇਡ ਹੈ ਕੁਲਵੀਰ ਸਿੰਘ, ਆਪਾਂ ਨੂੰ ਸਭ ਜਾਣਦੇ ਹੈ। ਇਵੇਂ ਕੋਈ ਵੀ ਮੂਵਮੈਂਟ ਹੈ, ਕੋਈ ਵੀ ਮੁਲਕ ਹੈ, ਕੋਈ ਵੀ ਹਸਤੀ ਹੈ, ਉਹਦੇ ਉਤਰਾਅ ਚੜਾਅ ਤਾਂ ਆਉਣਗੇ। ਇਹ ਕੰਟੀਨਿਊਸ ਪ੍ਰੋਸੈਸ ਹੈ, ਇਹ ਨਹੀਂ ਵੀ ਆਪਾਂ ਟਾਰਗੇਟ ਲੈ ਕੇ ਆਹ ਮੰਗਾਂ ਮਨਾ ਕੇ ਤੂੰ ਮੁੜ ਕੇ ਕਿਸਾਨੀ ਨੂੰ ਕਦੇ ਕੁਛ ਪੰਗਾ ਪੈਣਾ ਹੀ ਨਹੀਂ, ਇਹ ਚੱਲਦੀਆਂ ਰਹਿੰਦੀਆਂ। ਦਿਸ ਇਜ਼ ਪਾਰਟ ਆਫ ਦੀ ਐਵੋਲਿਊਸ਼ਨ, ਬਟ ਦਿਸ ਇਜ਼ ਅ ਹਿਸਟੋਰਿਕ ਮੂਵਮੈਂਟ ਜਿਹਦੇ ਵਿੱਚ ਕਾਮਯਾਬੀ ਕਰਨੀ ਕਿਸਾਨੀ ਲਈ ਬਹੁਤ ਹੀ ਅਹਿਮ ਹੈ, ਜ਼ਿੰਦਗੀ ਮੌਤ ਦਾ ਸਵਾਲ ਹੈ, ਜਿਹੜੇ ਜ਼ਿੰਮੇਦਾਰ ਔਰ ਲੀਡਰ ਸਮਝ ਚੁੱਕੇ ਕਿਸਾਨੀ ਦੇ। ਵੱਡੀ ਇਹਦੇ 'ਚ ਮੈਨੂੰ ਨਜ਼ਰ ਆ ਰਹੀ ਹੈ ਜੋ ਤਬਦੀਲੀ ਆਉਂਦੀ ਵੀ ਨਾਲ ਕਿਸਾਨ ਮਜ਼ਦੂਰ ਤੁਰ ਪਿਆ, ਬਹੁਤ ਜ਼ਿਆਦਾ ਪਬਲਿਕ ਵੀ ਨਾਲ, ਜਿਹੜੀ ਕਿਸੇ ਦਾ ਕਿਸਾਨੀ ਨਾਲ ਕੋਈ ਮਤਲਬ ਨਹੀਂ, ਕੋਈ ਪ੍ਰੋਫੈਸਰ ਹੈ, ਕੋਈ ਫੌਜੀ ਹੈ, ਕੋਈ ਇੰਡਸਟਰੀਅਲਿਸਟ ਹੈ, ਕੋਈ ਦੁਕਾਨਦਾਰ ਹੈ, ਹਿੰਦੂ ਮੁਸਲਮਾਨ ਸਿੱਖ ਸਾਰੇ ਸਹਿਯੋਗ ਦੇਣ ਲੱਗ ਗਏ ਹੈ। ਇਟ ਇਜ਼ ਗੋਨ ਬਿਯੋਂਡ, ਜਿਹੜੀਆਂ ਫੋਰ ਐਗਜ਼ਾਮਪਲ ਸਰਟਨ ਰੋਡ ਬਲੋਕਸ ਪਾਉਣ ਦੀ ਕੋਸ਼ਿਸ਼ ਕੀਤੀ ਗੌਰਮੈਂਟ ਆਫ ਇੰਡੀਆ ਨੇ, ਖਾਲਿਸਤਾਨ, ਟੁਕੜੇ ਟੁਕੜੇ ਗੈਂਗ, ਨੈਕਸਲਾਈਟ, ਫਲਾਨਾ ਟਿਮਕਾ, ਉਹ ਸਾਰੀਆਂ ਚੀਜ਼ਾਂ ਆਪੇ ਕਿਤਨੇ ਟਿੱਤਰ ਬਿੱਤਰ ਜੀਆਂ ਹੋ ਗਈਆਂ, ਰਾਈਟ। ਬੜਾ ਖਤਰਨਾਕ ਖੇਡ ਖੇਡ ਰਹੀ ਸੀ ਗੌਰਮੈਂਟ। ਮੇਰੀ ਤਾਂ ਸ਼ੁਰੂ ਤੋਂ ਹੀ ਰਹੀ ਹੈ ਵੀ ਕੰਜ਼ਿਊਮਰ ਜਿਹੜਾ ਹੈ, ਕਿਉਂਕਿ ਇਹ ਕਾਨੂੰਨ ਜਿਹੜੇ ਨੇ ਇਹ ਸਿੱਧੀ ਤੌਰ 'ਤੇ ਤਾਂ ਨਜ਼ਰ ਆਉਂਦੇ ਹੈ ਕਿਸਾਨਾਂ ਅਤੇ ਕਿਸਾਨੀ ਦੇ ਖਿਲਾਫ਼, ਲੇਕਿਨ ਇਹਦਾ ਜਿਹੜਾ ਪ੍ਰਭਾਵ ਪੈਣਾ ਹੈ, ਜਿਹੜੀ ਕੰਜ਼ਿਊਮਰ ਹੈ ਜਿਹੜਾ ਖੇਤੀ ਨਾਲ ਜੁੜਿਆ ਨਹੀਂ ਲੇਕਿਨ ਜਿਨਸ ਖਾਂਦਾ ਆ, ਜਿਹਨੇ ਖਰੀਦਣੀ ਹੈ, ਅਸਲ ਤਾਂ ਸੱਟ ਉਹਨੂੰ ਵੱਜਣੀ ਹੈ ਜਾ ਕੇ 2-3 ਸਾਲਾਂ ਬਾਅਦ। ਹਾਲੇ ਤਾਂ ਜ਼ਿਮੀਦਾਰਾਂ ਕੋਲ ਕਿੰਨਾ ਕੁ ਜਿਹੜੇ 63 ਬੰਦੇ ਆ ਜਾਂ ਗੌਰਮੈਂਟ ਦੀ ਕੋਈ ਸਕੀਮ ਹੈ ਐਕਸਪਲੋਇਟ ਕਰਨ ਦੀ, ਉਹ ਕਿੰਨਾ ਕਰਨਾ ਹੈ। ਜ਼ਿਮੀਦਾਰ ਦੇ ਪੱਲੇ ਤਾਂ ਚਮੜੀ ਰਹਿ ਗਈ ਆ, ਹੱਡੀਆਂ ਰਹਿ ਗਈਆਂ, ਕੀ ਖਾ ਲੂਗਾ ਉਹਦੇ 'ਚੋਂ 63 ਬੰਦਾ, ਦੇਰ ਇਜ਼ ਨਥਿੰਗ, ਦੇਰ ਇਜ਼ ਵਾਂਟ ਟੂ ਹੜਪ ਦੇਅਰ ਜ਼ਮੀਨ ਐਂਡ ਐਸੈਟਸ ਐਂਡ ਬਟ ਦੀ ਬਿਗੇਸਟ ਸਾਈਡ ਵੇਅਰ ਦੇ ਵਿਲ ਬੀ ਦੀ ਪ੍ਰੋਫਿਟੇਅਰਿੰਗ ਫਰੋਮ ਇਜ਼ ਦਾ ਹੋਲਡਿੰਗ, ਜਿੱਥੇ ਇਹਨਾਂ ਨੇ ਲਿਮਿਟ ਹੀ ਚੱਕ ਦਿੱਤੇ ਜੀ, ਯੂ ਕੈਨ ਹੋਲਡ ਐਨੀ ਅਮਾਊਂਟ ਆਫ ਫੂਡ ਸਟਾਫ, ਨਾ ਦੈਟ ਇਜ਼ ਕ੍ਰਿਟੀਕਲ ਫੋਰ ਦੀ ਕੰਜ਼ਿਊਮਰ। ਸਾਡਾ ਜਿਹੜਾ ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ ਹੈ, ਆਪਾਂ ਹਾਲੇ ਵੀ ਗਰੀਬ ਮੁਲਕਾਂ 'ਚ ਹੈ, ਗਰੀਬ ਬਹੁਤ ਸਾਰੀ ਸੰਖਿਆ ਦੇ ਲੋਕ ਨੇ, ਉਹਨਾਂ ਨੇ ਜਿਹੜੀ ਖੁਰਾਕ ਦਿੰਦੇ ਹਾਂ ਆਪਾਂ ਕੰਟਰੋਲ ਪ੍ਰਾਈਸ 'ਤੇ, ਜਿਹਨੂੰ ਫੇਅਰ ਪ੍ਰਾਈਸ ਸ਼ੋਪਸ ਦੇ ਰਾਹੀਂ ਜਾਂ ਜਿਹੜੇ ਵੀ ਇਹ ਵੰਡਦੇ ਹਾਂ ਆਪਾਂ ਖੁਰਾਕਾਂ ਮੰਥਲੀ, ਉਹ ਕਿੱਥੋਂ ਦੇਣਗੇ। ਅੱਜ ਜਿਹੜੀ ਚੀਜ਼ 30 ਰੁਪਏ ਦੀ ਹੈ, ਕੱਲ੍ਹ ਨੂੰ 300 ਦੀ ਹੋਊਗੀ, 200 ਦੀ ਹੋਊਗੀ, ਅਸਲ ਕੰਜ਼ਿਊਮਰ ਮਰ ਜੂਗਾ। ਦੂਜਾ ਜਿਹੜਾ ਪਬਲਿਕ, ਨੀਡੀ ਪਬਲਿਕ ਹੈ, ਜਿਹਨਾਂ ਨੂੰ PDA ਸਿਸਟਮ ਦੇ ਰਾਹੀਂ ਗੌਰਮੈਂਟ ਸੋਸ਼ਲ ਰਿਸਪੋਂਸਿਬਿਲਟੀ ਕਰਦੀ ਹੈ, ਉਹਨਾਂ ਨੂੰ ਖੁਰਾਕ ਦਿੰਦੀ ਹੈ, ਉਹ ਜਿਵੇਂ ਹੁਣ ਆ ਪਿੱਛੇ ਜੇ ਕਰੋਨਾ ਦੇ ਵਿੱਚ ਸੀਗਾ, ਇਹਨਾਂ ਨੂੰ ਸੀਗਾ ਭੰਡਾਰ ਆਪਣੇ FCI ਦੇ, ਤਾਂ ਹੀ ਤਾਂ ਵੰਡੇ। ਜੇ ਉਹ ਭੰਡਾਰ ਅਡਾਨੀ ਅੰਬਾਨੀ ਜਾਂ ਕਿਸੇ ਹੋਰ ਇੰਡਸਟਰੀਅਲਿਸਟ ਦੇ, ਫੋਰਨ ਕੰਪਨੀ ਦੇ ਹੋ ਜਾਣਗੇ, ਤਾਂ ਕਿਆ ਗੌਰਮੈਂਟ ਉਹਨਾਂ ਨੂੰ ਕਹਿ ਸਕਦੀ ਹੈ ਵੀ ਆਪਦੇ ਜਿਹੜੇ ਹੈਗੇ ਆ ਉਹ ਗੇਟ ਖੋਲ ਦਿਓ ਭੰਡਾਰਾਂ ਦੇ? ਨਹੀਂ ਕਹਿਣਗੇ, ਨਾ ਉਹ ਕਰਨਗੇ, ਕਾਨੂੰਨ ਉਹਨਾਂ ਦੇ ਨਾਲ ਕਰਤਾ ਤੁਸੀਂ ਉਹਨਾਂ ਦੇ ਪੱਖ 'ਚ। ਸੋ ਕੰਜ਼ਿਊਮਰ ਨੂੰ ਉੱਠਣਾ ਚਾਹੀਦਾ ਹੈ, ਇਹ ਕੰਜ਼ਿਊਮਰ ਨੂੰ ਵੱਡੀ ਸੱਟ ਵੱਜਣੀ ਹੈ ਕਿਸਾਨੀ ਨਾਲੋਂ ਵੀ ਜ਼ਿਆਦਾ। ਅੱਛਾ ਅੱਛਾ, ਤੁਸੀਂ ਜਿਵੇਂ ਦੱਸਿਆ ਵੀ ਲੋਕ ਜਿਹੜੇ ਆ ਹੌਲੀ ਹੌਲੀ ਕਿਸਾਨਾਂ ਦੇ ਨਾਲ ਰਲ ਰਹੇ, ਉਹਨਾਂ ਨੂੰ ਮਹਿਸੂਸ ਵੀ ਹੋ ਰਿਹਾ ਵੀ ਹਾਂ ਵੀ ਇਹ ਸਾਡੇ ਤੇ, ਪਰ ਜਦੋਂ ਦੇ ਕਿਸਾਨ ਲੱਗੇ ਆ ਜੀ, ਮਤਲਬ ਲੋਕਾਂ ਨੂੰ ਤਾਂ ਉਦੋਂ ਹੀ ਇਸ ਗੱਲ ਦੇ ਨਾਲ ਆ ਜਾਣਾ ਚਾਹੀਦਾ ਸੀਗਾ ਵੀ ਭਾਈ ਇਹ ਮਹਿੰਗਾਈ ਤੇ ਸਾਡੇ ਲਈ ਹੋਣੀ ਸਭ ਤੋਂ ਜ਼ਿਆਦਾ। ਉਹਨੂੰ ਟਾਈਮ ਲੱਗਦਾ ਹੁੰਦਾ ਕਿਸੇ ਵੀ ਚੀਜ਼ ਨੂੰ ਸਮਝਣ 'ਚ, ਕਿਉਂਕਿ ਗੌਰਮੈਂਟ ਦਾ ਜਿਹੜਾ ਮੀਡੀਆ ਹੈ, ਰਾਦਰ ਗੌਰਮੈਂਟ ਕੰਟਰੋਲਡ ਪ੍ਰਾਈਵੇਟ ਮੀਡੀਆ ਹੈ, ਉਹਨਾਂ ਨੇ ਪਿੱਛੇ ਹੀ ਵੋਟ ਪੇਸ਼ ਕਰਤੀ ਹੈ, ਪਰਪਸ ਤਾਂ ਇਹ ਹੈ ਵੀ ਲੋਕ ਨਾਲ ਜੁੜਨ ਨਾਲ। ਦਿਸ ਇਜ਼ ਏ ਵਾਰਫੇਅਰ ਕਹਿ ਦਿਆਂਗਾ ਮੈਂ ਤਾਂ, ਜੋ ਹਾਲਾਤ ਪੈਦਾ ਕਰ ਰਹੇ ਹੈ, ਲੱਗਦਾ ਵੀ ਜਿਵੇਂ ਕਿਸੇ ਆਪਾਂ ਬਗਾਨੇ ਲੋਕਾਂ ਨਾਲ ਇੱਕ ਲੜਾਈ ਲੜਨ ਦਾ ਮਾਹੌਲ ਬਣ ਰਿਹਾ। ਕਿੱਡੀਆਂ ਕਿੱਡੀਆਂ ਉੱਥੇ ਬੈਰੀਅਰ ਖੜ੍ਹੇ ਕਰ ਦਿੱਤੇ, ਕੀ ਕੁਛ ਸੜਕਾਂ ਪੱਟ ਦਿੱਤੀਆਂ, ਟੀਅਰ ਗੈਸ ਚੱਲਣੇ ਪੈਣ ਪ੍ਰੀਸਕੂਲ ਪ੍ਰੋਟੈਸਟਰਸ 'ਤੇ। ਸੋ ਨੈਚੁਰਲੀ ਗਵਰਨਮੈਂਟ ਇਜ਼ ਮੇਕਿੰਗ ਮਿਸਟੇਕਸ, ਦਿਸ ਇਜ਼ ਐਨ ਐਡਮਿਨਿਸਟ੍ਰੇਟਿਵ ਫੇਲੀਅਰ। ਪਹਿਲੀ ਗੱਲ ਡੈਮੋਕ੍ਰੇਸੀ ਦੀ ਇਹ ਹੁੰਦੀ ਹੈ ਵੀ ਆਵਾਮ ਦੀ ਆਵਾਜ਼ ਨੂੰ ਇੱਕ ਸਿੱਟਾ ਜਾਂ ਇੱਕ ਨਤੀਜੇ 'ਤੇ ਲਿਆਓ। ਡੈਮੋਕ੍ਰੇਸੀ ਵਿੱਚ ਅਗਰ ਤੁਸੀਂ ਦਬਾਉਣਾ ਚਾਹੁੰਦੇ ਹੋ ਆਵਾਜ਼ ਨੂੰ, ਤਾਂ ਨੈਚੁਰਲੀ ਮੀਡੀਆ ਦੇ ਰਾਹੀਂ, ਹੋਰ ਏਜੰਸੀਆਂ ਦੇ ਰਾਹੀਂ ਤੁਸੀਂ ਇੱਦਾਂ ਦੀਆਂ ਗੱਲਾਂ ਕਰਦੇ ਹੋ ਕੋਸ਼ਿਸ਼।
लेकिन दुनिया का इतिहास कहता है हर मुल्क का भी कदे भी पब्लिक की आवाम की आवाज़ को लंबे अरसे दबाया नहीं जा सकता। हाँ कीमत चुकानी पै सकती है, विच इज सो अनफॉर्चुनेट। 21वीं सदी का इंडिया क्या आ है जेड़े अपने पुरखों ने इन्ने सदियों तो एक भाईचारा बनाया सी, एक नाम कढ़िया सी, उपलब्धियां कीतियां हर क्षेत्र च, आपां नूं मिट्टी च रलाउण नूं तैयार हैगे आ अभी जिद पिछे। सो आई फील दिस कैन नॉट सक्सीड नो मैटर किन्ने भी हथ कंडे गौरमेंट अपना लेवे, पब्लिक जिहड़ी है वह इस वक्त तुर पई हैगी है। पब्लिक तन मन धन नाल सही मायने विच नाल जुड़ी है कुलदीप सिंह। नंबर वन मैं हुण इत्थे आके ये कहना चाहुंदा भी इहदा समाप्ति किवें नज़र आती, मैं आपका ये तुम दसना चाहवागा क्योंकि मैं इंडिया च बैठा है, थोड़े सुन वाले ज़्यादा कैनेडा अमेरिका वगैरह च बैठे ने, वो हमदर्द है साडे इस मूवमेंट के, उन्हें वह भी एक हिस्सेदार है मैं कहांगा इस मूवमेंट के जी आपत आई है जी एमरजेंसी कह लो किसानी पर ये चंगी तरह समझते हैं। मैं दो गल्ला जरूर कहना चाहवागा, ये जी किसानी मूवमेंट है ये हिंदू सिख मुसलमान पंजाब हरियाणा यूपी किसान राजस्थान मध्य प्रदेश और फैलती जा रही है बंगाल च तमिलनाडु च वगैरह वगैरह, इनू आप सीमित नहीं कर सकते। कोई एक वर्ग धर्म के नाते जुबान के नाते सूबे के नाते इनू वंडियो ना कि भरावो, ये डिसिपेरियस टेंडेंसीज आ जाए होंगे। अपना नाम बदनाम होएगा, मूवमेंट नू प्योर किसानी रखा जाए। जिमें फॉर एग्जाम्पल टेंप्टेशन हो सकती है कई चंद लोग हैगे है, मैं मानता है बहुत ही घट गिनती जेडे होर ऊट पटांग भी आपके मुद्दों जोड़ के पिगी बैक राइड करना चाहते हैं, मेरे हाथ जोड़ के उन्होंने सामने बेनती है कि तोड़ा किदा भी कोई पोलिटिकल मसला हो, इमोशनल मसला हो, चाहे खालिस्तान का हो, इस किसानी नाल ना जोड़ो। लड़ाई लड़नी है तो भी लड़ी जाओ, डू नॉट यूज दिस हिस्टोरिक मूवमेंट टू फर्दर योर गोल, दिस विल डिस्ट्रॉय ऑल ऑफ इंडियाज पीस एंड पीस। नॉट ओनली आई थिंक वी हैव टू बिहेव रिस्पॉन्सिबल, वी हैव टू फोकस प्योरली ऑन किसानी इशूज। नाउ दिस वॉज माई advice to my brethren who are emotionally connected, who are well-meaning, but they are should not play with fire in India. जमीन निकल गई उदा ही सरकार ने कानून बना के खोलन लगे ने उधर लोकी एक दम जज्बा लोकां च आया ते लोक कट्ठे होने शुरू हो गए बजारे चल लग पए, पर सरकार नूं रंगत गलत दिंदी है हमेशा ही। हो सकदा कि दो चार बंदे किते एवें आ के गल नूं गलत देणगे, लोकी भंडदे आ बाहर ऐसी गल नहीं, लोकां ने उहनां नूं मूंह नहीं लाया। बस 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 यही मेरा मतलब सी, परसेंटेज जिहड़ी है फॉर एग्जाम्पल टेलीविजन अगर कोई फोटो लैंदा है एंड प्रोटेस्ट के विच अगर 50,000 बंदा है और पिछों 30-40 बंदे खालिस्तान के एक्चुअल झंडे लेके टीवी विखाउंदा है उदों चीज़ नूं फिर गौरमेंट नूं हैंडल दे रहे हैं। मेरी यही दरख्वास्त सीगी कि इन्हां चीज़ां नूं प्लीज डू नॉट ब्रिंग इट ईवन नियर इट, इहदे नज़दीक इहदी खुशबू भी ना लियाओ। ये बहुत वड्डा इशू है, इतिहासिक है, एक इहनूं कमजोर आपां ही ना कितें कर बैठी। दैट इज माई इशारा सिर्फ उस 0.001% ਨੂੰ ਹੀ ਸੀਗਾ, ਜਾਂ ਹੋਰ ਵੀ ਕੋਈ ਆਪਦੇ ਮੁੱਦੇ ਹੈ, ਚਾਹੇ ਉਹ ਹੈਗਾ ਕਮਿਊਨਿਸਟ ਦੇ ਹੈਗੇ ਹੈ ਵੀ ਆ ਸੋਸ਼ਲ ਐਕਟਿਵਿਸਟ ਨੂੰ ਛੁਡਾਵਾਂਗੇ ਅਸੀਂ, ਡੂ ਨਾਟ ਬ੍ਰਿੰਗ ਦੋਜ਼ ਇਨ, ਦੋਜ਼ ਆਰ ਇੰਪੋਰਟੈਂਟ ਇਸ਼ੂਜ਼ ਬਟ ਡੂ ਕੈਨੋਟ ਬੀ ਜੁਆਇੰਡ ਵਿਦ ਦੀ ਕਿਸਾਨੀ ਮੂਵਮੈਂਟ, ਇਟ ਵਿਲ ਬੀ ਡੈਟਰੀਮੈਂਟਲ ਟੂ ਦੀ ਇੰਟਰਸਟ ਆਫ ਦ ਫਾਰਮਰਸ ਆਫ ਇੰਡੀਆ। ਗੱਲ ਹੈ ਵੀ ਪਹਿਲਾਂ ਇਹਨਾਂ ਮੁੱਦਿਆਂ ਦੇ ਨਾਲ ਡੀਲ ਕਰ ਲਿਆ ਜਾਵੇ, ਉਹ ਗੱਲਾਂ ਬਾਅਦ ਦੀਆਂ ਨੇ, ਬਾਅਦ ਦੇ ਵਿੱਚ ਉਹ ਵੀ ਡਿਸਕਸ ਕੀਤੀਆਂ ਜਾ ਸਕਦੀਆਂ। ਕਰੈਕਟ। ਨਾਓ ਕੁਐਸਚਨ ਇਜ਼ ਵਾਟ ਇਜ਼ ਦ ਫਿਊਚਰ, ਦ ਵੇ ਆਈ ਸੀ ਇਟ ਸਿਟਿੰਗ ਇਨ ਇੰਡੀਆ
and I have been, as you have introduced me, I have taken up this cause very sincerely. We are mobilizing public opinion. We are going to meet the Kisani leaders. We are carrying goods and stuff for them. We are disseminating their message across the media. ਅਸੀਂ ਜਿਹੜੇ ਕੁਝ ਪੜ੍ਹੇ ਲਿਖੇ ਹੋਣ ਕਰਕੇ ਸਾਨੂੰ ਦੁਨੀਆ ਦੇਖੀ ਹੈ, ਫਿਰੇ ਹੈ, ਸਾਨੂੰ ਇਹਨਾਂ ਨਜ਼ਰੀਆ ਹੈ ਉਹਦੇ ਮੁਤਾਬਿਕ ਮੈਂ ਜੋ ਇਸ ਵਕਤ ਦੇਖ ਰਿਹਾ ਵੀ ਪ੍ਰਾਪਤੀਆਂ ਮੈਂ ਪਹਿਲਾਂ ਹੀ ਕਹਿਤੀਆਂ ਬਹੁਤ ਹੋ ਗਈਆਂ, ਹੁਣ ਇਹਦਾ ਰਿਜ਼ਲਟ ਇਹ ਹੈ ਵੀ ਸਰਕਾਰ ਵੀ ਹੱਪ ਜਾਊਗੀ ਅਸਲ ਪਤਾ, ਕਿਉਂਕਿ ਫਿਊਚਰ ਪ੍ਰਿਡਿਕਟ ਕਰਨਾ ਮੁਸ਼ਕਿਲ ਹੈ, ਲੇਕਿਨ ਇੱਕ ਸੇਧ ਜੋ ਹੈ ਉਹ ਮੈਂ ਜੋ ਸਮਝਦਾ ਹਾਂ ਮੈਂ ਉਹ ਦੱਸਦਾ ਹਾਂ। ਆਹ ਜਿਹੜੇ ਚਾਰ ਪੰਜ ਸਟੇਟਾਂ 'ਚ ਹੁਣ ਇਲੈਕਸ਼ਨ ਹੋ ਰਹੇ ਹੈ, ਇਹਨਾਂ ਦਾ ਜਿਹੜਾ ਰਿਜ਼ਲਟ ਆਊਗਾ ਇਹਦੇ ਤੋਂ ਬਹੁਤ ਵੱਡਾ ਅਸਰ ਕਿਸਾਨੀ ਮੂਵਮੈਂਟ 'ਤੇ ਪੈਣਾ। ਔਰ ਜੋ ਇਸ ਵਕਤ ਨਜ਼ਰ ਆ ਰਿਹਾ ਹੈ ਮੀਡੀਆ ਦੇ ਦਬਾਅ ਦੇ ਬਾਵਜੂਦ ਵੀ ਇਹਨਾਂ ਸਟੇਟਾਂ ਵਿੱਚ ਪ੍ਰੈਜੈਂਟ ਸੈਂਟਰਲ ਗਵਰਨਮੈਂਟ ਬੀਜੇਪੀ ਵਾਲੀ ਕਾਮਯਾਬ ਹੁੰਦੀ ਨਜ਼ਰ ਨਹੀਂ ਆ ਰਹੀ ਪੰਜਾਬ 'ਚ। ਹੋ ਸਕਦਾ ਕਿਤੇ ਇੱਕ ਦੋ ਮਾਰ ਕਰ ਜਾਣ, ਹੋ ਸਕਦਾ ਕਿਤੇ ਵੋਟ ਸ਼ੇਅਰ ਵੀ ਵਧਾ ਜਾਣ, ਲੇਕਿਨ ਸਰਕਾਰਾਂ ਬਣਦੀਆਂ ਨਜ਼ਰ ਨਹੀਂ ਆਉਂਦੀਆਂ ਸਿਵਾਏ ਆਸਾਮ ਦੇ ਬੈਟਲ ਹੈਗੀ। ਥੈਰਫੋਰ ਇਹਦੇ ਵਿੱਚ ਇਹ ਜੇ ਪੋਲੀਟੀਕਲ ਸੈਟਬੈਕ ਮਿਲਦਾ ਹੈ ਪ੍ਰੈਜੈਂਟ ਬੀਜੇਪੀ ਡਿਸਪੈਂਸੇਸ਼ਨ ਨੂੰ, ਪੋਲੀਟੀਕਲ ਪਾਰਟੀ ਨੂੰ ਜਿਹੜੀ ਗਵਰਨਮੈਂਟ ਚਲਾ ਰਹੀ ਹੈ, ਦੇ ਵਿਲ ਹੈਵ ਟੂ ਰਿਵਾਈਜ਼ ਦੇਅਰ ਆਊਟਲੁੱਕ। ਆਲਰੇਡੀ ਬੀਜੇਪੀ ਦੇ ਵਿੱਚੋਂ ਚੰਦ ਆਵਾਜ਼ਾਂ ਉੱਠ ਕੇ ਆਈਆਂ ਮੂਹਰੇ ਕਿਸਾਨੀ ਦੇ ਹੱਥ 'ਚ, ਜਿਵੇਂ ਸਤਪਾਲ ਮਲਿਕ ਦਾ ਮੈਂ ਜ਼ਰੂਰ ਜ਼ਿਕਰ ਕਰਾਂਗਾ, ਜਿਹੜੇ ਯੂਪੀ ਦੇ ਕਿਸਾਨ ਲੀਡਰ ਰਹੇ ਨੇ, ਬੀਜੇਪੀ ਦੇ ਕਰਤਾ ਰਹੇ ਆ ਸ਼ੁਰੂ ਤੋਂ ਹੀ 50 ਸਾਲ ਤੋਂ। ਲੇਕਿਨ ਉਸ ਵਕਤ ਗਵਰਨਰ ਲਾ ਦਿੱਤੇ ਗਏ ਸੀ ਜੇ ਐਂਡ ਕੇ ਦੇ, ਫਿਰ ਉਹਨਾਂ ਨੂੰ ਗੋਆ ਲੈ ਭੇਜ ਦਿੱਤਾ ਗਿਆ, ਹੁਣ ਉਹਨਾਂ ਨੂੰ ਮੇਘਾਲਿਆ ਭੇਜ ਦੇ। ਉਹਨਾਂ ਦੇ ਚੰਦ ਪਿਛਲੇ ਦਿਨਾਂ 'ਚ ਵੀਡੀਓ ਆਏ ਨੇ ਜਿਹੜੇ ਮੈਂ ਬੜੇ ਗੌਰ ਨਾਲ ਸੁਣੇ ਆ, ਉਹਨਾਂ ਨੇ ਦੁੱਖ ਜਿਹੜਾ ਕਿਸਾਨੀ ਦਾ ਐਂਗਸਟ ਹੈ ਉਹਨੂੰ ਜ਼ਾਹਿਰ ਕੀਤਾ ਹੈ। ਔਰ ਉਹਨਾਂ ਨੇ ਸਾਫ਼ ਸਪਸ਼ਟ ਹੋਣ ਕਰਕੇ ਕੋਨਸਟੀਟਿਊਸ਼ਨਲ ਪੋਸਟ ਦੇ ਉੱਤੇ ਬੈਠੇ ਹੋਏ ਵੀ ਉਹਨਾਂ ਨੇ ਸਰਕਾਰ ਨੂੰ ਇਹ ਹੀ ਰਾਏ ਦਿੱਤੀ ਹੈ ਵੀ ਇਹਨਾਂ ਨੂੰ ਲੇਟ ਕਰ ਰਹੇ ਹੋ ਤੁਸੀਂ ਗੱਲਬਾਤ, ਇਹ ਗੱਲਬਾਤ ਦੇ ਰਾਹੀਂ ਤੁਸੀਂ ਕਰੋ, ਨਹੀਂ ਤਾਂ ਇਹਦਾ ਨੁਕਸਾਨ ਬਹੁਤ ਹੋਜੂਗਾ। ਨੈਚੁਰਲੀ ਹੀ ਸੀਇੰਗ ਦ ਪੋਲੀਟੀਕਲ ਫਿਊਚਰ ਆਫ ਦ ਬੀਜੇਪੀ ਗੋਇੰਗ ਡਾਊਨ, ਬਿਕੋਜ਼ ਅਗਰ ਕਿਸਾਨ ਸਾਰੇ ਇੰਡੀਆ 'ਚ 30% 40% ਵੀ ਪ੍ਰਭਾਵਿਤ ਹੋ ਗਿਆ ਤਾਂ ਗੌਰਮੈਂਟ ਨਹੀਂ ਟਿਕ ਸਕੂਗੀ ਕਿਤੇ ਨਹੀਂ ਜਗ੍ਹਾ, ਬੀਜੇਪੀ ਪਾਰਟੀ ਆਈ। ਥੈਰਫੋਰ ਅੰਦਰੂਨੀ ਦਬਾਅ ਵੀ ਬਣਨਾ ਸ਼ੁਰੂ ਹੋ ਜੂਗਾ। ਆਈ ਹੋਪ ਦੈਟ ਦੀ ਪ੍ਰਚਾਰਕ ਦੀ ਆਰ ਐਸ ਐਸ ਵਿਲ ਸੀ ਦੈਟ ਇਟ ਇਜ਼ ਡੈਮੇਜਿੰਗ ਦੇਅਰ ਸਪਰੈਡ ਇਨ ਦੀ ਰੂਰਲ ਏਰੀਆਜ਼, ਦੇ ਵਿਲ ਆਲਸੋ ਪੁੱਟ ਪ੍ਰੈਸ਼ਰ ਔਨ ਦੀ ਗਵਰਨਮੈਂਟ। ਬਟ ਇਹ ਸਾਰੀਆਂ ਚੀਜ਼ਾਂ ਇਲੈਕਸ਼ਨ ਤੋਂ ਬਾਅਦ ਜਦੋਂ 2 ਮਈ ਨੂੰ ਰਿਜ਼ਲਟ ਆਉਣਗੇ ਉਦੋਂ ਬਾਅਦ ਹੀ ਨਿੱਤਰ ਕੇ ਆਉਣਗੀਆਂ, ਪਰ ਕਾਮਯਾਬੀ ਮੈਨੂੰ ਤਾਂ ਨਜ਼ਰ ਆਉਂਦੀ। ਮੈਂ ਦੱਸਦਾ ਤੁਸੀਂ ਕਹਿਣਾ ਮੁਸ਼ਕਿਲ ਹੈ, ਪਰ ਲੇਕਿਨ ਆਮ ਸਮਝ ਇਹੀ ਆ ਰਹੀ ਹੈ ਵੀ ਇਹ ਆਲਰੇਡੀ ਕਮਿਟ ਕਰ ਚੁੱਕੇ ਹੈ। ਇਹ ਆਪਣੇ ਕੋਲੋਂ ਜਿਹੜੀ ਇਹਨਾਂ ਦੀਆਂ ਇਕਨੋਮਿਕ ਫੇਲੀਅਰਸ ਹੈ ਔਰ ਜਿਹੜੀ ਓਵਰਆਲ ਇੰਡੀਆ ਦੀ ਇਕਨੋਮਿਕ ਪੋਜੀਸ਼ਨ ਹੈ, ਫਾਈਨੈਂਸ਼ੀਅਲ ਸਟੇਬਿਲਿਟੀ ਆਫ ਦੀ ਗਵਰਨਮੈਂਟ, ਉਹੀ ਪ੍ਰਸ਼ਨ ਚਿੰਨ੍ਹ 'ਚ ਆ ਚੁੱਕੀ ਹੈ ਹੁਣ। ਥੈਰਫੋਰ ਐਫ ਸੀ ਆਈ ਦੇ ਵਿੱਚ ਵਾਸਤੇ ਪ੍ਰਿਕਿਓਰ ਕਰਨ ਲਈ ਇੰਨੀ ਜਿਹੜੀ ਜਿਨਸ ਹੈ ਜਿਹੜੀ ਹੁਣ ਤੱਕ ਹੁੰਦੀ ਰਹੀ ਹੈ, ਕੁਝ ਮਾਤਰਾ 'ਚ ਹੁੰਦੀ ਰਹੀ ਹੈ, ਸਾਰੀ ਨਹੀਂ ਹੁੰਦੀ, ਉਹ ਇਹਨਾਂ ਕੋਲ ਪੈਸੇ ਹੈ ਨਹੀਂ, ਕਈ ਮਜ਼ਬੂਰੀਆਂ ਹੈ, ਇਕਨੋਮਿਕ ਵੀ ਹੋ ਗਈਆਂ। ਇਹ ਚਾਹੁੰਦੇ ਹੈ ਵੀ ਜਿਹੜਾ 2-4-5 ਲੱਖ ਕਰੋੜ ਰੁਪਈਏ ਦਾ ਜਿਨਸ ਖਰੀਦਦੇ ਹੈ ਫਿਰ ਐਫ ਸੀ ਦੇ ਸਟੋਰਾਂ 'ਚ ਕਰਦੇ ਹੈ, ਉਹਦੇ 'ਚ ਨੁਕਸਾਨ ਹੁੰਦੇ ਹੈ, ਉਹਦੇ 'ਚ ਕੋਈ ਚੋਰੀ ਹੁੰਦੀ ਹੈ, ਉਹਦੇ 'ਚ ਕੋਈ ਚੂਹੇ ਬਿੱਲੀਆਂ ਮਤਲਬ ਚੂਹੇ ਅਤੇ ਉਹ ਖਾ ਜਾਂਦੇ ਰੋਡੈਂਟਸ, ਉਹ ਚੀਜ਼ਾਂ ਬਚਾਉਣ ਨੂੰ ਇਹ ਕਹਿੰਦੇ ਕਿਸੇ ਤਰੀਕੇ ਨਾਲ ਬਲਾ ਗਲੋ ਲਾਓ ਅਤੇ ਇਹਨਾਂ ਨੂੰ ਦੇ ਦਿਓ, ਇਹ ਸਾਡੇ ਮਿੱਤਰ ਹੈ ਇਹ ਆਪੇ ਮੈਨੇਜ ਕਰ ਲੈਣਗੇ। ਸੋ ਇਨ ਅ ਵੇ ਇਟ ਇਜ਼ ਐਨ ਐਡਮਿਟੈਂਸ ਦੀ ਗਵਰਨਮੈਂਟ ਹੈਜ਼ ਫੇਲਡ ਟੂ ਐਜ਼ ਦੇਰ ਇਨਐਫੀਸ਼ੀਐਂਟ ਐਫ ਸੀ ਆਈ ਇਜ਼ ਵਰਕਿੰਗ ਇਜ਼ ਨਾਟ ਬਿਕਮਿੰਗ ਏ ਕੋਜ਼ ਫੋਰ ਦ ਗਵਰਨਮੈਂਟ ਟੂ ਵਾਂਟ ਟੂ ਗੈਟ ਆਊਟ। ਇਹ ਗਵਰਨਮੈਂਟ ਦਾ ਰਵੱਈਆ ਹੈਗਾ ਵੀ ਅਸੀਂ ਹਰ ਚੀਜ਼ 'ਚੋਂ ਪਬਲਿਕ ਇੰਟਰਸਟ ਨੂੰ ਨਿਕਲ ਜਾਈਏ, ਹਰ ਚੀਜ਼ ਨੂੰ ਕਾਰਪੋਰੇਟ ਨੂੰ ਦੇ ਦਈਏ, ਕੁਛ ਵੀ ਪਹਿਲੂ ਏਅਰਪੋਰਟ ਹੈ, ਰੇਲਵੇਜ਼ ਹੈ, ਸ਼ਿਪਿੰਗ ਹੈ, ਜਿੰਨਾ ਵੀ ਇਨਫਰਾਸਟ੍ਰਕਚਰ ਹੈ, ਟੋਲਵੇਜ਼ ਹੈ, ਹਾਈਵੇਜ਼ ਹੈ, ਇਹ ਸਾਰੇ ਪ੍ਰਾਈਵੇਟ ਸੈਕਟਰ ਦਾ ਪੈਸਾ ਲਵਾਈਏ, ਆਪਾਂ ਸਿਰਫ ਈਜ਼ ਆਫ ਬਿਜ਼ਨਸ ਦੇਈਏ। ਬਟ ਇਟ ਇਜ਼ ਦੇਅਰ ਮਜਬੂਰੀ, ਦੇਅਰ ਬੈਂਕਰਪਟ, ਆਰ ਬੀ ਆਈ ਦੇ ਜਿਹੜੇ ਰਿਜ਼ਰਵਸ ਆ ਉਹਨਾਂ ਤੋਂ ਵੀ ਇਹਨਾਂ ਨੇ ਟੋਕਰੇ ਭਰ ਚੁੱਕੇ ਹੈ। ਥੈਰਫੋਰ ਦੀ ਗਵਰਨਮੈਂਟ ਇਜ਼ ਦੇਅਰ, ਨੰਬਰ 1। ਨੰਬਰ 2, ਦ ਪਬਲਿਕ ਫੀਲਿੰਗ ਇਜ਼ ਦੈਟ ਦੇ ਆਰ ਫੇਵਰਿੰਗ ਸਰਟਨ ਕਰੋਨੀ ਕੈਪੀਟਲਿਸਟ। ਉਹਨਾਂ ਨੂੰ ਇੰਨੇ ਵੱਡੇ ਡੀਲ ਦੇ ਰਹੇ ਨੇ, ਚਾਹੇ ਵੱਡੇ ਜਹਾਜ਼ ਹੈ, ਰਫੇਲ ਜਹਾਜ਼ ਹੈ, ਚਾਹੇ ਵੱਡੇ ਵੱਡੇ ਹੋਰ ਵੀ ਜਿੰਨੇ ਵੀ ਵੱਡੇ ਸੌਦੇ ਹੋ ਰਹੇ ਹੈ, ਉਹ ਚੰਦ ਹੀ ਹੱਥਾਂ ਦੇ ਵਿੱਚ ਸੌਂਪੇ ਜਾ ਰਹੇ ਹੈ।
चाहे भारत इलेक्ट्रॉनिक्स के कॉस्ट से इन्होंने अंबानी दे दिता किसी को होर दे दिता मैं बड़ा डिटेल्स नहीं मैं जावगा इस वक्त बट ये क्लीयर है इशारा इस पास है भी प्राइवेट पैसा उन्हों एक चीज़ फड़ा दी जाए और वो भी प्राइवेट पैसा कि जेडे इन्हों के हमायती लोग है Kulmeet, there is no doubt that the government performance is very, very sad, to say the least. Har pehlu te. Kyunki the government, meri feeling ye hai, they are not having competent people or subject experts, ya unna ni sunde nahi hai, man marji karde hai. Their forte is political upmanship and speeches and oratory. ਉਹਦੇ ਸਿਰ 'ਤੇ ਇਹਨਾਂ ਦਾ ਫੋਕਸ ਰਹਿੰਦਾ ਵੀ ਮੈਂ ਸਟੇਟ ਹੀ ਸਟੇਟ ਜਿੱਤੀ ਜਾਵਾਂ ਜਿਹੜਾ ਇਲੈਕਸ਼ਨ ਹੋਵੇ ਚਾਹੇ ਪੰਚਾਇਤ ਦਾ ਹੋਵੇ ਚਾਹੇ ਮਿਊਂਸੀਪਲ ਕਮੇਟੀ ਦਾ ਹੋਵੇ ਚਾਹੇ ਸਟੇਟ ਅਸੈਂਬਲੀ ਦਾ ਹੋਵੇ ਚਾਹੇ ਪਾਰਲੀਮੈਂਟ ਦਾ ਹੋਵੇ ਅਸੀਂ ਹਰ ਜਗ੍ਹਾ ਜਿੱਤਣਾ ਹੈ ਬਸ ਬਟ ਔਨ ਦੀ ਗਵਰਨੈਂਸ ਵੇਅਰ ਇਜ਼ ਦੀ ਟਾਈਮ ਇਫ ਦੀ ਪ੍ਰਾਈਮ ਮਿਨਿਸਟਰ ਐਂਡ ਦੀ ਹੋਮ ਮਿਨਿਸਟਰ ਆਰ ਸੋ ਐਗਰੈਸਿਵਲੀ ਕੰਟੀਨਿਊਸਲੀ ਕੈਂਪੇਨਿੰਗ ਇਨ ਦੀਜ਼ ਇਲੈਕਸ਼ਨਸ ਫਰੋਮ ਹੈਦਰਾਬਾਦ ਮਿਊਂਸੀਪਲ ਕਾਰਪੋਰੇਸ਼ਨ ਇਲੈਕਸ਼ਨਸ ਟੂ ਐਵਰੀ ਸਟੇਟ ਗਵਰਨਮੈਂਟ Would governance suffer if I was running a company or any big company, if the CEO was out doing some other things? The company is bound to go bankrupt. So I see this as a lack of focus of the government on the real issues of governance, which concern the people, and shifting it away to taking kabza. One of the slogans of this government reveals that it is saying, "Main Congress Mukt Bharat Bana." ਕਾਂਗਰਸ ਮੁਕਤ ਦਾ ਕੀ ਮਤਲਬ ਹੈ ਵੀ ਸਿਰਫ ਸਾਡਾ ਹੀ ਝੰਡਾ ਨਜ਼ਰ ਆਵੇ ਵਾਟ ਇਜ਼ ਦੈਟ ਮੀਨ ਇਜ਼ ਦੈਟ ਡੈਮੋਕ੍ਰੇਸੀ ਡਸ ਦੈਟ ਐਗਜ਼ੈਂਪਲੀਫਾਈ ਐਂਡ ਡਸਨਟ ਇਟ ਇੰਡੀਕੇਟ ਆਟੋਕ੍ਰੈਟਿਕ ਰੂਲ ਇਨ ਦਾ ਨੇਮ ਆਫ ਡੈਮੋਕ੍ਰੇਸੀ ਨਾ ਈਵਨ ਇੰਟਰਨੈਸ਼ਨਲ ਸੰਸਥਾਵਾਂ ਕਹਿਣ ਲੱਗ ਗਈਆਂ ਇੰਡੀਆ ਦਾ ਜਿਹੜਾ ਡੈਮੋਕ੍ਰੈਟਿਕ ਗ੍ਰਾਫ ਆਫ ਗਿਰ ਰਿਹਾ ਹੈ ਸਿਵਲ ਰਾਈਟਸ ਹਿਊਮਨ ਰਾਈਟਸ ਫਲਾਨਾ ਟਿਮਕਾ ਬਟ ਦੇ ਆਰ ਇਨ ਐਟ ਦ ਮੂਮੈਂਟ ਦੇ ਆਰ ਇਨ ਚੌਧਰ ਜਿਵੇਂ ਹੁੰਦੀ ਹੈ ਨਾ ਵੀ ਸਿਰ ਨੂੰ ਚੜ੍ਹੀ ਹੋਈ ਹੈ They think they sab chup kar jayenge aap. Now I feel this is disastrous for secular India. The foundations of the country are being weakened. अच्छा ठीक है गल मैं दसो कि आपने पंजाब दे विच किस तरह दे हालात ने जी आजकल पता लगा भी कोविड 19 दे फिर मुड़ के वादा होने लग गया फिर कर्फ्यू करने लगन लगे जी ਇੱਥੇ ਨਾ ਕੁਲਮੀਤ ਜਿਹੜੀ ਪਰਸੈਂਟੇਜ ਹੈ ਨੰਬਰਾਂ ਦੀ ਨਫਰੀ ਪਿਛਲੇ ਦੋ ਤਿੰਨ ਹਫ਼ਤੇ ਤੋਂ ਵਧਣੀ ਸ਼ੁਰੂ ਹੋ ਗਈ ਪੰਜਾਬ 'ਚ ਵੀ ਮਹਾਰਾਸ਼ਟਰ ਸਭ ਤੋਂ ਜ਼ਿਆਦਾ ਪਰ ਪੰਜਾਬ ਬਹੁਤ ਉੱਚੇ ਦੂਜੇ ਤੀਜੇ ਨੰਬਰ 'ਤੇ ਹੈ ਵਧ ਇਨ ਦੀ ਰੇਟ ਆਫ ਇਨਕਰੀਜ਼ ਇਸ ਕਰਕੇ ਗੌਰਮੈਂਟ ਨੇ ਹੁਣੇ ਰੀਸੈਂਟਲੀ ਕੁਛ 9 ਜ਼ਿਲ੍ਹਿਆਂ ਦੇ ਵਿੱਚ ਨਾਈਟ ਕਰਫਿਊ ਲਾ ਤਾ 9 ਵਜੇ ਸ਼ਾਮ ਤੋਂ ਲਾ ਕੇ 5 ਵਜੇ ਤਾਈਂ ਆਈ ਡੋਂਟ ਨੋ ਕਿੰਨਾ ਬੈਨੀਫਿਟ ਹੁੰਦਾ ਉਹਦਾ ਬਟ ਲੇਕਿਨ ਆਈਡੀਆ ਇਜ਼ ਔਰ ਸਕੂਲਾਂ ਨੂੰ ਯੂਨੀਵਰਸਿਟੀਜ਼ ਨੂੰ ਉਹਨਾਂ ਨੇ 31 ਮਾਰਚ ਤੱਕ ਬੰਦ ਕਰ ਦਿੱਤਾ ਸਟੂਡੈਂਟਸ ਨੂੰ ਜਿਹੜਾ ਉਹਨਾਂ ਨੇ ਖੋਲ੍ਹ ਦਿੱਤੇ ਸੀਗੇ ਸੋ ਇਟ ਇਜ਼ ਅ ਵਰੀਸਮ ਡਿਵੈਲਪਮੈਂਟ ਐਂਡ ਦੀ ਵੈਕਸੀਨੇਸ਼ਨ ਪ੍ਰੋਗਰਾਮ ਸ਼ੁਡ ਗੇਨ ਮੋਰ ਸਪੀਡ ਆਈ ਥਿੰਕ ਰਾਦਰ ਸਲੋ ਚੱਲ ਰਿਹਾ ਹਾਲੇ ਇਹਨੂੰ ਵਧਾਉਣਾ ਪੈਣਾ ਸੋ ਦੈਟ ਇਨ ਦਾ ਨੈਕਸਟ 3 ਮੰਥਸ ਕਮ ਸੇ ਕਮ 30-40% ਆਫ ਆਵਰ ਪਾਪੂਲੇਸ਼ਨ ਸ਼ੁਡ ਬੀ ਵੈਕਸੀਨੇਟਿਡ ਐਟ ਦੀ ਮੂਮੈਂਟ ਮੈਂ ਕਿਹਾ 2-2.5% ਤੱਕ ਹੀ ਆਪਾਂ ਵੈਕਸੀਨੇਟ ਕਰ ਪਾਏ ਹਾਂ 2 ਮਹੀਨਿਆਂ 'ਚ ਸੋ ਇਟ ਇਜ਼ ਅ ਵਰੀਸਮ ਸਿਚੁਏਸ਼ਨ ਐਂਡ ਇਟ ਇਜ਼ ਨੋਟ ਕੁਆਇਟ ਕਲੀਅਰ ਵੀ ਇਹ ਜਿਹੜਾ ਨਵਾਂ ਸਟ੍ਰੇਨ ਆ ਚੁੱਕਿਆ ਉਹਦੇ ਕਰਕੇ ਜ਼ਿਆਦਾ ਕੰਟੀਜੀਅਸ ਹੋ ਰਿਹਾ ਜ਼ਿਆਦਾ ਵਾਇਰਲ ਹੋ ਰਿਹਾ ਇਟ ਇਜ਼ ਹਾਰਡ ਟੂ ਸੇ ਬਟ ਇਟ ਇਜ਼ ਅ ਵਰੀਸਮ ਗੁਰਵੀਰ ਸਿੰਘ ਬਹੁਤ ਵਧੀਆ ਲੱਗਾ ਜੀ ਤੁਸੀਂ ਸਾਨੂੰ ਸਮਾਂ ਦਿੱਤਾ ਗੱਲਬਾਤ ਕੀਤੀ ਆ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਫੇਰ ਕਰਾਂਗੇ ਤੁਹਾਡੇ ਨਾਲ ਮੁਲਾਕਾਤ ਕੋਈ ਹੋਰ ਕੋਈ ਗੱਲਬਾਤ ਰਹਿ ਗਈ ਹੋਵੇ ਤੁਸੀਂ ਦੱਸਣ ਚਾਹੋ ਬਸ ਮੈਂ ਇਹੀ ਕਹਿਣਾ ਚਾਹੁੰਦਾ ਵੀ ਮੇਰੇ ਭਰਾਵਾਂ ਨੂੰ ਜਿਹੜੇ ਭੈਣਾਂ ਵੀਰ ਮਾਤਾ ਬੱਚੇ ਜਿਹੜੇ ਬਾਹਰ ਬੈਠੇ ਹੈ ਤੁਹਾਡਾ ਜਜ਼ਬਾ ਸਾਡੇ ਤੱਕ ਪਹੁੰਚਿਆ ਹੋਇਆ ਹੈ ਤੁਹਾਡੀ ਜਿਹੜੀ ਹਮਾਇਤ ਹੈ ਕਿਸਾਨੀ ਦੀ ਇਹਨੂੰ ਅਸੀਂ ਬੜਾ ਸਿਰ ਮੱਥੇ ਬਹੁਤ ਫੁਲਾ ਰਹੇ ਹਾਂ ਸਾਰੇ ਇੱਥੇ
आप तुसी अपना सहयोग दिंदे रहो और मेरी किसानों नूं ये अपील है लीडरशिप नूं भी कॉस्ट एंड एंड बेनीफिट एनालिसिस करते हुए जो भी उतों तुसी आओ उठ के मोर्चा तो जकारे छड्डदे आईए ये ना हो भी आपां कुछ टैक्टिकली स्ट्रटीजिकली गलती कर बैठिए और मुड़ के अपना सारी मूवमेंट कमजोर पै जाए जे कमजोर पै गई इस वक्त जे आप जितना हासिल करके आए तो अगले 50 साल किसानी मूवमेंट उठ नहीं सकेगी और अगर उतों आप उपलब्धियां करके आ गए जिड़िया मैं पहले ही क्या वर्णन की ऑलरेडी बहुत हो चुकी हैं अगर आप रिपील करा लीए या MSP करा लीए जो भी लीडरशिप ठीक समझती है 70-80% भी गेन करके आप जकारे छड़ते वापस आइए तो गांह आने वाले 50 साल कोई भी सरकार किसानों नाल पंगा नहीं लेगी ये बड़ा जरूरी है मेरी अखीर विच प्राइम मिनिस्टर मोदी और उन्हां दी गौरमेंट नूं ये अपील है कि डेमोक्रेसी नूं मद्देनज़र रख्या करो पब्लिक की आवाज़ सुनना तुहाडा फर्ज है पार्लीमेंट तुसीं धक्का करदे हो ये बिल ते डिस्कशन नहीं होण दित्ती कॉन्स्टिट्यूशनली तुसीं इस बिल नूं लागू कर नहीं सी सकदे ये स्टेट सबजेक्ट है वह हुण सुप्रीम कोर्ट च है I appeal to the Prime Minister to review his attitude towards democracy and towards the interest of peasants of all India. I also appeal to the judiciary, including the highest court, Supreme Court of India, that please take these issues on the fast track. For example, the issue of validity of the these three laws on the touchstone of the Constitution. Whether the government, central government and parliament can make acts and bills and create acts, law, through on subjects which are strictly in the state list of agriculture. So with these appeals, I thank you, Kulmeet. Bada changa lagya. Thank you. Tode aunu, dhanwad, kade galbat karde riya. Bahut bahut meherbani. Bhai Khalsa, bhai Bhaji ki fateh. Sat Sri Akal. Sat Sri Akal. Alberta Weekly sponsored by Lexus South Point and Wild Rose Garments and Silk Screening, Edmonton.